ਬੀਬੀ ਹਰਬੰਸ ਕੌਰ ਦੁੱਲਾ ਦੀ ਇਲੈਕਸ਼ਨ ਕੰਪੇਨ ਦੇ ਸੰਬੰਧ ਵਿੱਚ ਅੱਜ ਸਾਡੀ ਸਾਰੀ ਟੀਮ ਜਿਨ੍ਹਾਂ ਨੂੰ ਦੀ ਪ੍ਰਧਾਨਗੀ ਸਰਦਾਰ ਸ਼ਮਸ਼ੇਰ ਸਿੰਘ ਜੀ ਦੁੱਲੋਂ ਸਾਬਕਾ ਪ੍ਰਧਾਨ ਪੰਜਾਬ ਪ੍ਰਦੇਸ਼ ਕਾਂਗਰਸ ਕਰ ਰਹੇ ਸੀ। ਅਸੀਂ ਵੱਖ ਵੱਖ ਪਿੰਡਾਂ 'ਚ ਪਵਾਲਾ, ਬੀਰੋ, ਮਾਜਰੀ, ਗਰੋਲੀਆਂ, ਭਗਤਪੁਰਾ, ਦੌਲਤਪੁਰਾ, ਤਾਜਪੁਰਾ ਇਹਨਾਂ ਪਿੰਡਾਂ 'ਚ ਨੂੰ ਆਪਣਾ ਚੋਣ ਦੌਰਾ ਕੱਢਦੇ ਹੋਏ ਅਸੀਂ ਹੁਣ ਇਸ ਟਾਈਮ ਚੁੰਨੀ ਦੀ ਜੋ ਮੇਨ ਬਾਜ਼ਾਰ ਹੈ ਉਸ ਦੇ ਵਿੱਚ ਦੁਕਾਨਾਂ 'ਤੇ ਡੋਰ ਟੂ ਡੋਰ ਘੁੰਮ ਕੇ ਕੰਪੇਨ ਕਰ ਰਹੇ ਹਾਂ ਔਰ ਸਾਰੇ ਇਲਾਕੇ 'ਚੋਂ ਬੀਬੀ ਦੁੱਲਾ ਦੇ ਹੱਕ ਵਿੱਚ ਸਾਨੂੰ ਭਰਵਾਂ ਹੁੰਗਾਰਾ ਮਿਲਿਆ ਔਰ ਅਸੀਂ ਇਸ ਗੱਲ ਦੇ ਬਾਰੇ 'ਚ ਬਿਲਕੁਲ ਨਿਸ਼ਚਿੰਤ ਹੈ ਕਿ ਅਵਾਸ਼ ਜਿਹੜੀ ਹੈ ਜਿੱਤ ਉਹ ਬੀਬੀ ਦੁੱਲਾ ਦੀ ਹਲਕਾ ਬਸੀ ਬਠਾਣਾ ਤੋਂ ਹੋਏਗੀ। ਪਰ ਜੋ ਮਹਿੰਗਾਈ, ਜੋ ਹੋਲਡਿੰਗ, ਜੋ ਕਰਪਸ਼ਨ ਰਲ ਕੇ ਇਹਨਾਂ ਨੇ ਕੀਤੀ ਹੈ ਤੁਹਾਡੇ ਸਾਹਮਣੇ, ਕਿਸਾਨਾਂ ਲਈ ਵੀ ਕੋਈ ਰਾਹੇਬੰਦ ਇਹਨਾਂ ਨੇ ਨਹੀਂ ਕੀਤੀ, ਬਿਜਲੀ ਨਹੀਂ ਮਿਲੀ, ਚੰਗੇ ਭਾਅ ਨਹੀਂ ਮਿਲੇ, ਫਸਲਾਂ ਵੀ ਰੋਈਆਂ, ਪੈਨਸ਼ਨਾਂ ਗਰੀਬਾਂ ਨੂੰ ਨਹੀਂ ਦਿੱਤੀਆਂ, ਹੋਰ ਉਹਨਾਂ ਦੀਆਂ ਸਹੂਲਤਾਂ ਉਹ ਨਹੀਂ ਲਈਆਂ। ਸੈਂਟਰ ਤੋਂ ਜਿਹੜਾ ਪੈਸਾ ਹੁੰਦਾ ਉਹ 'ਚ ਆਪਣਾ ਸ਼ੇਅਰ ਨਹੀਂ ਪਾਉਂਦੇ। ਨਰੇਗਾ ਦਾ 5000 ਕਰੋੜ ਸੀ ਸਾਲ ਦਾ, 547 ਕਰੋੜ ਲਿਆ।